ਚੱਲ ਰਹੀ। ਹਾਂਜੀ, ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਸਾਡੀ ਸੂਬਾ ਕਮੇਟੀ ਨੇ ਬਹੁਤ ਸਾਰੀਆਂ ਭਰਾਤੀ ਜਥੇਬੰਦੀਆਂ ਦੇ ਫੋਨ ਆਏ ਸੀ, ਬੁੱਧੀਜੀਵੀਆਂ ਨੇ ਗੱਲਬਾਤ ਕੀਤੀ ਸੀ ਵੀ ਅੰਦੋਲਨ ਨੂੰ ਇੱਕ ਵੱਡਾ ਅੰਦੋਲਨ ਦੀ ਸ਼ੇਪ ਦਿਓ। ਸੋ ਅਸੀਂ ਵੇਖ ਰਹੇ ਆਪ ਮਾਰੇ ਲੋਕ ਵੀ ਅੰਦੋਲਨ ਵਿੱਚ ਕੁੱਦ ਰਹੇ। ਅਸੀਂ ਅੱਜ ਦੇਸ਼ ਦੇ ਆਮ ਲੋਕਾਂ, ਕਿਸਾਨਾਂ ਮਜ਼ਦੂਰਾਂ ਅਤੇ ਪੂਰੇ ਪੰਜਾਬੀਆਂ ਦੇ ਕਿਸਾਨਾਂ ਮਜ਼ਦੂਰਾਂ ਅੱਗੇ ਝੋਲੀ ਅੱਡਣ ਲੱਗੇ ਹਾਂ, ਇੱਕ ਅੰਦੋਲਨ ਦਾ ਆਹਵਾਨ ਕਰਨ ਲੱਗੇ ਹਾਂ। ਜੇ ਇਹ ਅੰਦੋਲਨ ਸਫਲ ਹੋਇਆ ਤਾਂ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋਊਗਾ। ਅਸੀਂ ਬੇਨਤੀ ਕਰ ਰਹੇ ਹਾਂ ਵੀ ਜਿਵੇਂ ਰਿਲਾਇੰਸ ਇੰਡੀਆ ਵਾ ਜਿਹੜਾ ਅੰਬਾਨੀ ਜੀ ਚਲਾ ਰਹੇ ਆ, ਉਹ ਪੂਰੇ ਦੇਸ਼ ਨੂੰ ਕੰਟਰੋਲ ਕਰ ਲਿਆ ਇਸ ਵੇਲੇ। ਜਿਹੜੇ ਕਾਰਪੋਰੇਟ ਘਰਾਣੇ ਆ ਪੂਰੀ ਦੁਨੀਆ ਦੀਆਂ ਸਰਕਾਰਾਂ ਅਤੇ ਸਾਡੀ ਭਾਰਤ ਦੀ ਸਰਕਾਰ ਉਹਨਾਂ ਦੀ ਕੱਠਪੁਤਲੀ ਬਣੀ ਹੋਈ ਆ। ਸੋ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰਨ ਦਾ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ। ਇਹ ਤੋਂ ਗਾਹਾਂ ਜਿਹੜੇ ਰਿਲਾਇੰਸ ਦੇ ਪੰਪ ਆ ਇਹਨਾਂ ਕੋਲ ਤੇਲ ਪਾਉਣਾ, ਜੀਓ ਸਿੰਮਾਂ ਦਾ ਬਾਈਕਾਟ ਕਰਨਾ ਚਾਹੀਦਾ ਸਾਡੇ ਨੌਜਵਾਨਾਂ ਨੂੰ। ਜੇ ਅਸੀਂ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬੰਦ ਕਰ ਗਏ ਤਾਂ ਐਡਾ ਵੱਡਾ ਘਾਟਾ ਬਰਦਾਸ਼ਤ ਨਹੀਂ ਕਰਨਗੇ। ਕਾਰਪੋਰੇਟ ਘਰਾਣੇ ਹੀ ਜਿਵੇਂ ਅੰਬਾਨੀ ਜੀ ਆ, ਉਹ ਪੂਰੇ ਦੇਸ਼ ਦੇ ਮੀਡੀਆ ਹਾਊਸ ਨੂੰ ਕੰਟਰੋਲ ਕਰ ਰਹੇ ਆ, ਅਤੇ ਜਿਹੜੀ ਸਰਕਾਰ ਮਰਜ਼ੀ ਚਾਹੁਣ ਉਹ ਉਸ ਸਰਕਾਰ ਦੇ ਹੱਕ 'ਚ ਪ੍ਰਚਾਰ ਕਰਕੇ ਸਭ ਤੋਂ ਵੱਡਾ ਐਡ ਮੀਡੀਆ ਹਾਊਸ ਨੂੰ ਅੰਬਾਨੀ ਜੀ ਦੇ ਰਹੇ ਆ, ਅਤੇ ਉਹ ਸਰਕਾਰਾਂ ਦੇ ਹੱਕ 'ਚ ਗਾਂਹ ਤੁਹਾਨੂੰ ਉਹਨਾਂ ਚੈਨਲਾਂ ਦੇ ਵੀ ਨਾਂ ਦੱਸ ਦਾਂਗੇ ਅਗਲਾ ਹੋਊਗਾ ਸਟੈਪ ਸਾਡਾ। ਸੋ ਇਸ ਕਰਕੇ ਜੇ ਭਾਰਤ ਵਰਸ਼ ਦੇ ਪੂਰੇ ਲੋਕ, ਭਾਰਤ ਦੀਆਂ ਸਾਰੀਆਂ ਟ੍ਰੇਡ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਨੌਜਵਾਨਾਂ ਦੀਆਂ ਜਥੇਬੰਦੀਆਂ ਜੇ ਇਸ ਅੰਦੋਲਨ ਨੂੰ ਦੇਸ਼ ਬਚਾਉਣ ਲਈ, ਦੇਸ਼ ਦੀ ਖੇਤੀ ਅਤੇ ਪੰਜਾਬ ਦੀ ਖੇਤੀ ਬਚਾਉਣ ਲਈ ਮੈਦਾਨ ਵਿੱਚ ਕੁੱਦ ਪਈਆਂ ਤਾਂ ਅਸੀਂ ਸਫਲ ਹੋਵਾਂਗੇ। ਮੋਦੀ ਛੋਟੀ ਚੀਜ਼ ਆ, ਮੋਦੀ ਨੂੰ ਹਰਾਲਾਂਗੇ ਅਸੀਂ। ਮੋਦੀ ਹਰਿਆ ਹੋਇਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ, ਲੋਕ ਜਿੱਤਣਗੇ ਅਤੇ ਮੋਦੀ ਹਾਰੂਗਾ। ਸੋ ਇਹ ਅੰਦੋਲਨ ਨੂੰ ਸਾਨੂੰ ਆਸ ਆ ਵੀ ਦੇਸ਼ ਦੇ ਵਾਸੀ ਸਾਡਾ ਸਾਥ ਦੇਣਗੇ। ਅਗਲੀ ਗੱਲ, ਅੱਜ 6ਵੇਂ ਦਿਨ ਇਹ ਰੇਲ ਰੋਕੋ ਅੰਦੋਲਨ ਚੱਲ ਗਿਆ। ਅਸੀਂ 1 ਅਕਤੂਬਰ ਤੋਂ ਇਸ ਅੰਦੋਲਨ ਨੂੰ ਸਾਂਝੇ ਸੰਘਰਸ਼ਾਂ ਦਾ ਨਾਂ ਦੇ ਰਹੇ, ਇੱਕ ਹਫ਼ਤਾ ਸਾਰੇ ਰਲ ਕੇ। ਇਹਦੇ ਨਾਲ ਨਾਲ ਸਾਡੀ ਜਥੇਬੰਦੀ ਆਮ ਜਨਤਾ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੀ ਆ ਵੀ ਤੁਹਾਨੂੰ ਕਦੀ ਨਿਰਾਸ਼ ਨਹੀਂ ਹੋਣ ਦੇਵਾਂਗੇ, ਕਦੀ ਵੀ ਨਿਰਾਸ਼ ਤਾਂ ਤੁਹਾਡੇ ਲਾਗੇ ਨਹੀਂ ਆਊਗੀ। ਇਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਲੋਕ ਪੱਖੀ ਗਾਇਕ ਨੇ, ਦੇਸ਼ ਦੇ ਗਾਇਕ ਨੇ, ਜਿਹੜੇ ਐਕਟਰਸ ਨੇ ਪੰਜਾਬ ਦੇ ਜਾਂ ਦੇਸ਼ ਦੇ, ਜਿਹੜੇ ਨੌਜਵਾਨ ਨੇ, ਖਾਸ ਕਰਕੇ ਸਾਡੇ ਸ਼ਹਿਰੀ ਵੀਰ ਨੇ ਜਿਹੜੇ ਬ੍ਰਾਂਡ ਪਾਉਣਾ ਵਧੀਆ ਸਮਝਦੇ ਆ, ਉਹਨਾਂ ਨੂੰ ਅਪੀਲ ਕਰਦਾ ਵੀ ਇਹ ਬ੍ਰਾਂਡ ਪਾਉਣੇ ਬੰਦ ਕਰ ਦਿਓ। ਮੈਂ ਬੰਬੇ ਦੇ ਸਾਰੇ ਐਕਟਰਾਂ ਨੂੰ ਦੇਸ਼ ਬਚਾਉਣ ਵਾਸਤੇ ਅਪੀਲ ਕਰਦਾ ਵੀ ਉਹ ਬ੍ਰਾਂਡ ਦਾ ਬਾਈਕਾਟ ਕਰਨ। ਸੋ ਜੇ ਸਾਡੇ ਜਿੰਨੇ ਵੀ ਸੁਹਿਰਦ, ਬਹੁਤ ਵੱਡੀਆਂ ਸਾਡੇ ਪੰਜਾਬ ਦੇ ਗਾਇਕਾਂ ਦਾ ਰੌਲ ਆ, ਐਕਟਰਸ ਦਾ ਰੌਲ ਆ, ਜੇ ਐਕਟਰ ਇਹ ਮੁਹਿੰਮ ਨੂੰ ਕਿਤੇ ਵੱਡੀ ਕਰ ਦੇਣ, ਆਪਣੇ ਪੱਧਰ 'ਤੇ ਬੋਲ ਦੇਣ, ਤਾਂ ਮੁਹਿੰਮ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਹੋਊਗੀ। ਸੋ ਇਸ ਕਰਕੇ ਆਮ ਜਨਤਾ ਨੂੰ ਅਪੀਲ ਹੈ, ਮੁਹਿੰਮ ਨੂੰ ਕਾਮਯਾਬ ਕਰੋ, ਅਸੀਂ ਜਿੱਤਾਂਗੇ। ਭਾਰਤ ਦੇ ਲੋਕ, ਭਾਰਤ ਦੇ ਕਿਸਾਨ ਮਜ਼ਦੂਰ, ਪੰਜਾਬ ਦੇ ਕਿਸਾਨ ਮਜ਼ਦੂਰ ਜਿੱਤਣਗੇ। ਕਾਰਪੋਰੇਟ ਹਾਰੂਗਾ, ਮੋਦੀ ਦੀਆਂ ਨੀਤੀਆਂ ਹਾਰਨਗੀਆਂ। ਅਸੀਂ JJP ਨੂੰ ਕਹਿਣਾ ਚਾਹਾਂਗੇ ਵੀ ਹਰਿਆਣੇ ਦੇ ਗੜਚੋੜ ਦੇ ਵਿੱਚੋਂ ਬਾਹਰ ਆਵੇ, ਉਹ ਲੋਕਾਂ ਦਾ ਨੁਕਸਾਨ ਕਰ ਰਹੀ ਆ। ਦੂਜਾ, ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗੇ ਵੀ ਭਾਰਤ ਦੀਆਂ ਏਜੰਸੀਆਂ, ਭਾਰਤ ਦੀ ਸਰਕਾਰ ਪੂਰਾ ਯਤਨ ਕਰੂਗੀ ਇਹ ਅੰਦੋਲਨ ਨੂੰ ਤਾਰ ਪੀਡੋ ਕਰੇ, ਕਿਤੇ ਬੰਬ ਧਮਾਕੇ ਹੋ ਸਕਦੇ ਆ। ਦੇਸ਼ ਦੀ ਸੁਰੱਖਿਆ ਦੇ ਨਾਂ 'ਤੇ ਇਹ ਤੋਂ ਗਾਂਹ ਫਿਰਕੂ ਦੰਗਿਆਂ ਦਾ ਮਾਹੌਲ ਪੈਦਾ ਹੋ ਸਕਦਾ ਵਾ। ਸਾਨੂੰ ਜਾਗਦੇ ਰਹਿਣਾ ਚਾਹੀਦਾ, ਇਹ ਘੋਲ ਨੂੰ ਸੱਟ ਨਾ ਵੱਜੇ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਟ੍ਰੇਡ ਜਥੇਬੰਦੀਆਂ ਲੋਕਾਂ ਦੇ ਹੱਕੀ ਘੋਲ ਲੜ ਰਹੀਆਂ ਨੇ, ਅੰਦੋਲਨ ਦੀ ਸਹੀ ਅਗਵਾਈ ਕਰ ਰਹੀਆਂ ਨੇ, ਉਹ ਸਾਡੇ ਵਰਗੇ ਅੰਦੋਲਨਾਂ ਵਰਗੇ ਅੰਦੋਲਨ ਸਿਆਸੀ ਪਾਰਟੀਆਂ ਚਲਾ ਸਕਦੀਆਂ ਨੇ। ਵੇਖਣ ਨੂੰ ਤਾਂ ਇਹ ਲੱਗੂਗਾ ਵੀ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦਾ, ਪਰ ਉਹਨਾਂ ਦਾ ਅੰਦੋਲਨ ਸਾਡੇ ਅੰਦੋਲਨ ਨੂੰ ਨੁਕਸਾਨ ਕਰਨ ਵਾਲਾ ਹੋਊਗਾ। ਉਹ ਅੰਦੋਲਨ ਦੇ ਵਿੱਚੋਂ ਆਪਣੀ ਕੁਰਸੀ ਕੱਢਣਗੇ। ਬਹੁਤਿਆਂ ਨੂੰ 2022 ਦੀ ਫਿਕਰ ਆ, ਹੋਰ ਫਿਕਰ ਨਹੀਂ ਹੈਗੀ। ਇਸ ਕਰਕੇ ਪੰਜਾਬ ਅਤੇ ਭਾਰਤ ਦੇ ਲੋਕੋ, ਨੌਜਵਾਨੋ, ਜਾਗਦੇ ਰਹੋ। ਤੁਸੀਂ ਆਪਣੇ ਜਿਹੜੇ ਤੁਹਾਡੇ ਆਪਣੇ ਘੋਲ ਆ, ਜਿਹੜੀਆਂ ਤੁਹਾਡੀਆਂ ਆਪਣੇ ਜਥੇਬੰਦੀਆਂ ਲੜ ਰਹੀਆਂ, ਤੁਸੀਂ ਉਹਨਾਂ ਦੇ ਘੋਲਾਂ ਵਿੱਚ ਆਓ। ਤੁਸੀਂ ਆਪ ਦੇ ਵਿਰੋਧੀਆਂ ਦੇ ਘੋਲਾਂ 'ਚ, ਆਪ ਦੇ ਦੁਸ਼ਮਣਾਂ ਦੇ ਘੋਲਾਂ 'ਚ ਜਿੰਨਾ ਪੰਜਾਬ ਅਤੇ ਦੇਸ਼ ਦਾ ਨੁਕਸਾਨ ਕੀਤਾ, ਨਾ ਜਾਇਓ। ਆਸ ਆ ਸਾਡੇ ਇਸ ਅੰਦੋਲਨ ਨੂੰ ਪੂਰੇ ਭਾਰਤ ਦੇ, ਪੰਜਾਬ ਦੇ ਲੋਕ ਅਪਣਾਉਣਗੇ ਅਤੇ ਇਹਨਾਂ ਦੀ ਜਿੱਤ ਹੋਊਗੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।